ਕਿ ਸਰਕਾਰ ਬਣਿਆ ਨੂੰ 6 ਮਹੀਨੇ ਹੋ ਗਏ ਨੇ ਤੇ ਬਹੁਤ ਵੱਡੇ ਫੈਸਲੇ ਦਾਬਾ ਕੀਤਾ ਜਾ ਰਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਨੇ ਇੱਕ ਫੈਸਲਾ ਇਸ ਦੇ ਵਿੱਚ ਸੀ ਮੁਫਤ ਬਿਜਲੀ ਦਾ ਕਿ ਜੇ 600 ਜੁਨਟਾਂ ਤੋਂ ਘੱਟ ਆਏਗਾ ਬਿੱਲ ਤਾਂ ਬਿੱਲ ਜ਼ੀਰੋ ਆਏਗਾ ਜੇਕਰ 600 ਜੁਨਟਾਂ ਤੋਂ ਘੱਟ ਖਪਤ ਹੁੰਦੀ ਹੈ ਤੇ ਹੁਣ ਇਸ ਸੰਬੰਧੀ ਇੱਕ ਖੁਲਾਸਾ ਵੀ ਹੋਇਆ ਕਿ ਜਿਹੜੀ ਇਸ਼ਤਿਹਾਰਬਾਜ਼ੀ ਕੀਤੀ ਗਈ ਹੈ ਐਡਵਰਟਾਈਜ਼ਮੈਂਟ ਦਿੱਤੀ ਗਈ ਹੈ ਵਕ ਵਕ ਅਖਬਾਰਾਂ ਦੇ ਵਿੱਚ ਉਸ ਦਾ ਖਰਚਾ ਕੀ ਆਇਆ ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 5 ਕਰੋੜ ਤੋਂ ਵਧੇਰੇ ਦਾ ਖਰਚਾ RTI ਦੇ ਰਾਹੀਂ ਪਤਾ ਲੱਗਿਆ ਕਿ ਮੁਫਤ ਬਿਜਲੀ ਦੀ ਇਸ਼ਤਿਹਾਰਬਾਜ਼ੀ ਤੇ ਆਪ ਸਰਕਾਰ ਦੇ ਵੱਲੋਂ ਖਰਚਾ ਗਿਆ ਹੈ ਦੱਸਦੀ ਹੈ ਕਿ ਬਠਿੰਡਾ ਦੇ ਰਹਿਣ ਵਾਲੇ ਰਾਜਨਦੀਪ ਸਿੰਘ ਦੇ ਵੱਲੋਂ RTI ਪਾਈ ਗਈ ਸੀ ਜਿਸ ਦੇ ਵਿੱਚ ਖੁਲਾਸਾ ਹੋਇਆ ਹੈ ਕਿ 1 ਮਹੀਨੇ ਦੇ ਵਿੱਚ ਯਾਨੀ ਕਿ 29 ਜੂਨ 2022 ਤੋਂ 28 ਜੁਲਾਈ 2022 ਤੱਕ ਕੁੱਲ 5 ਕਰੋੜ 59 ਲੱਖ 73 ਹਜ਼ਾਰ 203 ਰੁਪਏ ਦੇ ਡਿਸਪਲੇ ਇਸ਼ਤਿਹਾਰ ਜਾਰੀ ਕੀਤੇ ਗਏ ਨੇ ਤਾਂ ਇਹ ਜਾਣਕਾਰੀ ਮੰਗੀ ਗਈ ਸੀ ਕਿ ਜਿਹੜੀ ਫ੍ਰੀ ਇਲੈਕਟ੍ਰਿਸਿਟੀ ਕੈਂਪੇਨ ਹੈ ਪੰਜਾਬ ਸਰਕਾਰ ਦੀ ਉਸ ਤੇ ਕੀ ਐਕਸਪੈਂਸਸ ਆਏ ਨੇ ਐਡਵਰਟਾਈਜ਼ਮੈਂਟ ਦੇ ਜਿਹੜੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਜਾਂ ਵੈਬ ਚੈਨਲਸ ਨੂੰ ਇਸ਼ਤਿਹਾਰ ਦਿੱਤੇ ਗਏ ਤਾਂ ਉਸ ਦੇ ਵਿੱਚ ਜਿਹੜੀ ਆਰਟੀਆਈ ਪਾਈ ਗਈ ਉਸ ਦਾ ਖੁਲਾਸਾ ਇਹ ਹੋਇਆ ਏ ਕਿ 29 ਜੂਨ 2022 ਤੋਂ 28 ਜੁਲਾਈ ਭਾਵ ਕਿ ਕਰੀਬ 1 ਮਹੀਨੇ ਦੇ ਅੰਦਰ ਅੰਦਰ 5 ਕਰੋੜ 59 ਲੱਖ 73 ਹਜ਼ਾਰ 203 ਰੁਪਏ ਦੇ ਡਿਸਪਲੇ ਇਸ਼ਤਿਹਾਰ ਜਾਰੀ ਕੀਤੇ ਗਏ ਨੇ ਤਾਂ ਹੁਣ ਵਿਰੋਧੀ ਧਿਰਾਂ ਇਸ ਤੇ ਸਵਾਲ ਖੜੇ ਕਰ ਰਹੀਆਂ ਨੇ ਸੁਖਪਾਲ ਖੈਰਾ ਦੇ ਵੱਲੋਂ ਵੀ ਇਸ ਸੰਬੰਧੀ ਪੋਸਟ ਪਾਈ ਗਈ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਕਹਿੰਦੀ ਸੀ ਕਿ ਬਾਕੀ ਸਰਕਾਰਾਂ ਨੇ ਜੋ 75 ਸਾਲ ਚ ਨਹੀਂ ਕੀਤਾ ਉਹ ਅਸੀਂ ਕਰ ਦਿਖਾਇਆ ਏ ਤੇ ਇਹ ਵੀ ਇੱਕ ਐਗਜ਼ਾਮਪਲ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਉੱਤੇ ਇਸ ਵੇਲੇ 3 ਲੱਖ ਕਰੋੜ ਦਾ ਕਰਜ਼ਾ ਏ 3 ਲੱਖ ਕਰੋੜ ਦਾ ਕਰਜ਼ਾ ਏ ਪੰਜਾਬ ਤੇ ਭਾਵ ਕਿ ਹਰ ਪੰਜਾਬੀ ਤੇ ਕਰਜ਼ਾ ਏ ਤੇ ਸਰਕਾਰ ਜਿਹੜੀ ਹੈ ਇਸ਼ਤਿਹਾਰ ਦੇ ਰਹੀ ਹੈ ਖੁੱਲੇ ਦਿਲ ਦੇ ਨਾਲ ਇਸ਼ਤਿਹਾਰ ਦੇ ਰਹੀ ਹੈ ਆਰਟੀਆਈ ਦੇ ਵਿੱਚ ਇਹ ਖੁਲਾਸਾ ਹੋਇਆ ਏ ਕਿ ਜਿਹੜੀ ਮੁਫਤ ਬਿਜਲੀ ਹੈ ਲੋਕਾਂ ਤੱਕ ਮੁਫਤ ਬਿਜਲੀ ਜਿਹੜੀ ਹਾਲੇ ਮਿਲਣੀ ਸ਼ੁਰੂ ਹੋਈ ਹੈ ਉਸ ਦੀ ਜਿਹੜੀ ਇਸ਼ਤਿਹਾਰਬਾਜ਼ੀ ਹੈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਿਹੜੇ ਜਾਰੀ ਕੀਤੇ ਗਏ ਨੇ ਉਹ 5 ਕਰੋੜ ਤੋਂ ਵੀ ਵਧੇਰੇ ਦੇ ਇਸ਼ਤਿਹਾਰ ਨੇ ਤੇ ਅਜਿਹਾ ਜਿਹੜਾ ਖੁਲਾਸਾ ਏ ਉਹ ਆਰਟੀਆਈ ਦੇ ਰਾਹੀਂ ਹੋਇਆ ਏ ਆਰਟੀਆਈ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਮਾਨ ਸਰਕਾਰ ਦੇ ਵੱਲੋਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਆਪ ਸਰਕਾਰ ਦੇ ਵੱਲੋਂ ਪਿਛਲੇ 1 ਮਹੀਨੇ ਦੇ ਵਿੱਚ ਵਿੱਚ 5 ਕਰੋੜ 59 ਲੱਖ 73203 ਰੁਪਏ ਦੇ ਇਸ਼ਤਿਹਾਰ ਅਖਬਾਰਾਂ ਨੂੰ ਜਾਰੀ ਕੀਤੇ ਗਏ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੇ ਹਾਂ ਤਾਂ ਮੁਫਤ ਬਿਜਲੀ ਤੇ ਫਾਇਦਾ ਜਿਹੜਾ ਹੈ ਉਹ ਕਿੰਨਾ ਹੋਣਾ ਲੋਕਾਂ ਨੂੰ ਉਹ ਹਾਲੇ ਪਤਾ ਨਹੀਂ ਹੈ ਪਰ ਜਿਹੜੇ ਖਜ਼ਾਨੇ ਦੇ ਵਿੱਚੋਂ ਪੈਸੇ ਗਏ ਨੇ ਉਹ ਜ਼ਰੂਰ ਸਾਹਮਣੇ ਆ ਗਏ ਨੇ ਕਿ 5 ਕਰੋੜ ਤੋਂ ਵਧੇਰੇ ਦੇ ਇਸ਼ਤਿਹਾਰ ਜਿਹੜੇ ਨੇ ਆਪ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ 1 ਮਹੀਨੇ ਦੇ ਵਿੱਚ ਤੇ ਮੁਫਤ ਬਿਜਲੀ ਦੀ ਕੈਂਪੇਨ ਚਲਾਉਣ ਦੇ ਲਈ